ਸਾਡੀ ਇਸ ਵਕਤ ਜਿਹੜੇ ਮਹਿਮਾਨ ਪਹੁੰਚੇ ਹੋਏ ਨੇ ਸਟੂਡੀਓ ਦੇ ਵਿੱਚ, ਰਵਿੰਦਰ ਗਰੇਵਾਲ ਹੋਣਾ ਦਾ ਜਿਹੜਾ ਆਹ ਗੀਤ ਹੈ, ਇਹਦੇ ਵਿੱਚ ਵੀ ਜੋ ਇੱਕ ਨਿੱਕੀ ਨਿੱਕੀ ਜਿਹੜੀ ਕਾਨਾਫੂਸੀ ਚੱਲ ਰਹੀ ਹੈ ਜੀ, ਜਿਹੜਾ ਕਿ ਆਮ ਬੰਦਾ ਦੁਖੀ ਜਿਹਾ ਬੰਦਾ ਹੈ ਜੀ, ਉੱਤੋਂ ਸਿਫਾਰਿਸ਼ਾਂ ਆ ਰਹੀਆਂ ਮੈਨੂੰ ਆਹ ਲੈ ਦੇ ਹਾਂ ਜੀ, ਅਤੇ ਬੜਾ ਇਹੋ ਚੰਗਾ ਲੱਗਦਾ ਇਹ ਸੁਣ ਕੇ। ਸੋ ਇਹੋ ਜਿਹਾ ਕੁਛ ਹੋਏਗਾ ਸਟੇਜ ਦੇ ਉੱਪਰ ਵੀ, ਹੈ ਜੀ? ਜੀ ਬਿਲਕੁਲ, ਮੈਂ ਕਿਉਂਕਿ ਤੂਰ ਸਾਹਿਬ ਮੈਂ ਡਿਊਟ ਰਿਕਾਰਡ ਕਾਫੀ ਕੀਤੇ ਆ ਪਹਿਲਾਂ, ਬਟ ਮੈਂ ਸਟੇਜ ਦੇ ਉੱਪਰ ਬਹੁਤ ਘੱਟ ਮੈਂ ਡਿਊਟ ਗਾਉਣਾ, ਸੋ ਇਹ ਵੀ ਪਹਿਲੀ ਦਫਾ ਇੱਕ ਸਾਡੇ ਸੁਣਨ ਵਾਲਿਆਂ ਲਈ। ਮੈਂ ਦੱਸ ਦਵਾਂ ਕਿ ਜਦੋਂ ਪਹਿਲਾਂ ਇੱਕ ਸੋਲੋ ਦਾ ਚੱਲਿਆ ਟ੍ਰੈਂਡ, ਫਿਰ ਰੋਣ ਪਿੱਟਣ ਵਾਲਿਆਂ ਦਾ ਚੱਲਿਆ ਜੀ, ਡੋਲੀ ਵਾਲੀਆਂ ਕਾਰਾਂ ਦਾ ਜਲੂਸ ਕੱਢਿਆ, ਉਸ ਤੋਂ ਬਾਅਦ ਜਿਹੜਾ ਇੱਕ ਡਿਊਟ ਨੂੰ ਤੁਸੀਂ ਮੋੜਾ ਦਿੱਤਾ ਜੀ, ਸੁਰਪ੍ਰੀਤ ਸੋਨੀ ਨਾਲ ਤੁਹਾਡੀ ਟੇਪ ਆਈ ਸੀ 98 ਦੇ ਵਿੱਚ, ਉਹ ਐਲਬਮ ਅਸੀਂ ਕੀਤੀ ਸੀ ਪੂਰੀ, ਜਿਹਦੇ ਵਿੱਚ ਮਿੱਤਰਾਂ ਨੇ ਯਾਮਾ ਲੈ ਲਿਆ, ਮਿੱਤਰਾਂ ਨੇ ਯਾਮਾ ਲੈ ਲਿਆ, ਇੱਕ ਭਾਬੀ ਵਾਲਾ ਗੀਤ ਸੀਗਾ ਭੈਣ ਤੇਰੀ, ਹਾਂਜੀ, ਉਹ ਤੁਹਾਡਾ ਐਕਟਰ ਇੱਥੇ ਹੀ ਰਹਿੰਦਾ ਜੀ, ਜੀ ਜੀ ਨਵੀ ਜੀ ਜੀ ਹਾਂਜੀ ਨਵੀ ਭੰਗੂ ਹੁਣੀ ਇੱਥੇ ਰਹਿ ਰਹੇ ਆ ਜੀ ਜੀ, ਸੋ ਉਹਨਾਂ ਨੇ ਐਕਟਿੰਗ ਕੀਤੀ ਸੀ। ਅਸੀਂ ਕੋਸ਼ਿਸ਼ ਕਰਾਂਗੇ, ਮੈਂ ਤੇ ਅਰਸ਼ਪ੍ਰੀਤ ਇਸ ਦਫਾ ਸੁਣਾ ਵੀ ਰਹੇ ਹਾਂ, ਸੋ ਲਵਲੀ ਔਰ ਇੱਕ ਦੋ ਗੀਤ ਹੋਰ ਅਸੀਂ ਰੈਡੀ ਕੀਤੇ ਹੋਏ ਆ, ਜਿਹੜੇ ਇਹ ਵੀ ਇੱਕ ਮੈਂ ਪਹਿਲੀ ਦਫਾ ਸਟੇਜ ਦੇ ਉੱਪਰ ਅਸੀਂ ਉਹ ਕਰ ਰਹੇ ਹਾਂ ਪਰਫਾਰਮ, ਕੇ ਅਸੀਂ ਡਿਊਟ ਵੀ ਸੁਣਾਵਾਂਗੇ ਜੀ। ਬਿਲਕੁਲ ਜੀ, ਅਤੇ ਤੁਹਾਨੂੰ ਆਪਣੇ ਗੀਤਾਂ 'ਚੋਂ ਕਿਹੜਾ ਗੀਤ ਸਭ ਤੋਂ ਵੱਧ ਪਸੰਦ ਆ ਜੀ? ਐਕਚੁਲੀ ਤੂਰ ਸਾਹਿਬ ਇਹ ਦੱਸਣਾ ਕਾਫੀ ਮੁਸ਼ਕਿਲ ਹੋ ਜਾਂਦਾ, ਕਿਉਂਕਿ ਜਿੱਦਾਂ ਵੈਸੇ ਤਾਂ ਉਹ ਪੱਕਾ ਇੱਕ ਇਹ ਸਵਾਲ ਵੀ ਤੁਹਾਨੂੰ ਹਰੇਕ ਪੁੱਛਦਾ ਹੋਣਾ, ਕਿਉਂਕਿ ਮੈਂ ਸ਼ੁਰੂ ਤੋਂ ਜਦੋਂ ਤੋਂ ਗਾਇਕੀ ਸਟਾਰਟ ਕੀਤੀ ਆ, ਮੈਂ ਉਦੋਂ ਤੋਂ ਮਤਲਬ ਗੀਤ ਨੂੰ ਸ਼ੁਰੂ ਤੋਂ ਲੈ ਕੇ ਜਦੋਂ ਤੋਂ ਅਸੀਂ ਸਿਲੈਕਟ ਕਰਦੇ ਹਾਂ, ਮਤਲਬ ਮੇਰੀ ਕੋਸ਼ਿਸ਼ ਰਹਿੰਦੀ ਹੈ ਐਂਡ ਤੱਕ ਮੈਂ ਗੀਤ ਦੇ ਨਾਲ ਰਹਿਣਾ, ਔਰ ਜਿੰਨੇ ਕੁ ਵੀ ਮੈਂ ਗੀਤ ਹੁਣ ਤੱਕ ਗਾਏ ਆ ਸਾਰੀ ਮੇਰੀ ਆਪਣੀ ਸਿਲੈਕਸ਼ਨ ਆ, ਸੋ ਇਸ ਕਰਕੇ ਜਿਹੜਾ ਨਹੀਂ ਚੰਗਾ ਲੱਗਦਾ ਉਹ ਤਾਂ ਮੈਂ ਗਾਉਂਦਾ ਹੀ ਨਹੀਂ ਪਹਿਲਾਂ, ਔਰ ਬਾਕੀ ਇਹ ਆ ਫਿਰ ਬਾਅਦ 'ਚ ਜਿਹੜਾ ਗੀਤ ਕੁਛ ਜ਼ਿਆਦਾ ਸਾਡੇ ਸੁਣਨ ਵਾਲਿਆਂ ਨੂੰ ਜ਼ਿਆਦਾ ਪਸੰਦ ਆ ਜਾਂਦਾ, ਉਹ ਨੈਚੁਰਲੀ ਹੈ ਕਿ ਤੁਹਾਡੇ ਵੀ ਦਿਲ ਦੇ ਥੋੜ੍ਹਾ ਨੇੜੇ ਹੋ ਜਾਂਦਾ, ਔਰ ਟਾਈਮ ਦੇ ਨਾਲ ਉਹ ਚੇਂਜ ਹੁੰਦੇ ਰਹਿੰਦੇ ਆ। ਵੈਸੇ ਜਿਨ੍ਹਾਂ ਗੀਤਾਂ ਦੇ ਵਿੱਚ ਕੁਛ ਕੁ ਗੀਤ ਇਹੋ ਜਿਹੇ ਆ ਜਿਨ੍ਹਾਂ ਨੂੰ ਮੈਂ ਆਪਣੀ ਖੁਸ਼ਕਿਸਮਤੀ ਸਮਝਦਾ ਕਿ ਉਹ ਮੇਰੇ ਹਿੱਸੇ ਆਏ ਆ, ਜਿਨ੍ਹਾਂ ਵਿੱਚ ਆਮੀ ਬਾਬਾ ਨਾਨਕਾ ਹੈ, ਜਿਨ੍ਹਾਂ ਵਿੱਚ ਦਿਨ ਉਹ ਨਾ ਰਹੇ ਤਾਂ ਦਿਨ ਇਹ ਵੀ ਨਹੀਂ ਰਹਿਣਗੇ, ਔਰ ਮਤਲਬ ਇਹੋ ਜਿਹੇ ਕਾਫੀ ਗੀਤ ਹੋਰ ਵੀ ਮੈਂ ਜ਼ਿਕਰ ਕਰ ਸਕਦਾ, ਜਾਂ ਭਗਤ ਸਿੰਘ ਹੋਰਾਂ ਦੀ ਆਪਾਂ ਗੱਲ ਕੀਤੀ ਆ, ਚਾਹੇ ਫਿਰ ਉਹ ਟੇਢੀ ਪੱਗ ਜਾਂ ਰੌਲਾ ਪੈ ਗਿਆ, ਇਹ ਮੈਨੂੰ ਲੱਗਦਾ ਕਿ ਮਤਲਬ ਮੈਂ ਗਾਏ ਤਾਂ ਮਤਲਬ ਇਹ ਮੇਰੀ ਖੁਸ਼ਕਿਸਮਤੀ ਹੈ ਕਿ ਮੇਰੇ ਕੋਲ ਆਏ ਲਿਰਿਕਸ। ਬਿਲਕੁਲ ਜੀ ਦੋਸਤੋ, ਇੱਕ ਪੂਰਾ ਪਰਿਵਾਰਕ ਸ਼ੋਅ ਹੋਏਗਾ, ਟਿਕਟਾਂ 25, 35, 45 ਆ, ਤੁਹਾਨੂੰ ਡੋਰ ਤੋਂ ਵੀ ਟਿਕਟਾਂ ਮਿਲ ਜਾਣਗੀਆਂ, 5:30 ਇਹ ਡੋਰਾਂ ਓਪਨ ਹੋ ਜਾਣਗੀਆਂ, ਜਾਂ ਫਿਰ ਤੁਸੀਂ ਦਲਵੀਰ ਜੱਲੋਵਾਲੀ ਹੈ ਉਹਨਾਂ ਨੂੰ ਕਾਲ ਕਰ ਸਕਦੇ ਹੋ, ਇਹ ਕਹਿੰਦੇ ਜੇ ਤੁਸੀਂ 5-10 ਟਿਕਟਾਂ ਇਕੱਠੀਆਂ ਲੈਣੀਆਂ ਨੇ ਐਨਵਲਪ 'ਚ ਪਾ ਕੇ ਡੋਰ 'ਤੇ ਰੱਖ ਦੇਣਗੇ, 204-218-22 ਦੇ ਉੱਪਰ ਕਾਲ ਕਰ ਸਕਦੇ ਹੋ। ਅਰਸ਼ਪ੍ਰੀਤ ਜੀ ਤੁਹਾਡਾ ਵੀ ਸਵਾਗਤ ਹੈ ਜੀ। ਸ਼ੁਕਰੀਆ ਜੀ ਕੈਨੇਡਾ 'ਚ ਵਸਦੇ ਸਾਰੇ ਪੰਜਾਬੀਆਂ ਨੂੰ, ਸਾਰੇ ਸਰੋਤਿਆਂ ਨੂੰ। ਮੈਨੂੰ ਲੱਗਦਾ ਤੁਹਾਨੂੰ ਠੰਡ ਥੋੜ੍ਹੀ ਜ਼ਿਆਦਾ ਲੱਗੀ ਲੱਗਦੀ ਹੈ, ਹਾਂਜੀ ਤੁਹਾਡੀ ਆਵਾਜ਼ ਬਹੁਤ ਸਲੋਅ ਆ ਰਹੀ ਹੈ ਜੀ। ਨਹੀਂ ਮੈਨੂੰ ਐਕਚੁਅਲੀ 'ਚ ਠੰਡ ਲੱਗੀ ਹੋਈ ਹੈ ਜੀ, ਮੈਨੂੰ ਪਤਾ ਲੱਗ ਗਿਆ ਸੀਗਾ ਨਾ, ਅਸੀਂ ਇੱਥੇ ਰਹਿੰਦੇ ਹਾਂ ਸਾਨੂੰ ਪਤਾ ਲੱਗ ਜਾਂਦਾ ਜੀ। ਸੋ ਮੈਂ ਤਾਂ ਤੁਹਾਡੇ ਕੋਲੋਂ ਜੁਗਨੀ ਸੁਣਨੀ ਸੀ, ਤੇ ਤੁਸੀਂ ਠੰਡ ਲਵਾਈ ਫਿਰਦੇ ਹੋ? ਨਹੀਂ ਨਹੀਂ ਉਹ ਤਾਂ ਸੁਣਾਉਣੀ ਹੀ ਆ ਜੀ, ਫਿਰ ਸੁਣਾਓ ਜੁਗਨੀ ਸਾਨੂੰ ਸੁਣਾਓ, ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾ ਕਿ ਇੱਕ ਮਾਹੌਲ ਬਣੇ। ਬਿਲਕੁਲ। ਅਲਫਲਾ ਚੰਬੇ ਦੀ ਬੂਟੀ ਉਹ ਵਿੱਚ ਮੁਰਸ਼ਦ ਮਨ ਵਿੱਚ ਲਾਈ ਹੂ, ਨਫੀ ਇਸ ਬਾਤ ਦਾ ਪਾਣੀ ਦੇ ਕੇ ਹਰ ਰਗੇ ਹਰ ਜਾਈ ਹੂ, ਉਹ ਜੁਗ ਜੁਗ ਜੀਵੇ ਮੇਰਾ ਮੁਰਸ਼ਦ ਸੋਹਣਾ, ਅਤੇ ਜਿਸ ਬੂਟੀ ਲਾਈ ਹੂ ਪੀਰ ਮੇਰੇ ਆ ਜੁਗਣੀ ਜੀ, ਇਹ ਵੇ ਅੱਲਾ ਵਾਲਿਆਂ ਦੀ ਜੁਗਣੀ ਜੀ, ਇਹ ਵੇ ਮੇਰੇ ਵੀਰ ਦੀ ਜੁਗਣੀ ਜੀ, ਇਹ ਵੇ ਮੌਲਾ ਅਲੀ ਵਾਲੀ ਜੁਗਣੀ ਜੀ, ਇਹ ਵੇ ਸਾਰੇ ਸਬਜ਼ ਦੀ ਜੁਗਣੀ ਜੀ। ਥੈਂਕ ਯੂ ਜੀ। ਬਹੁਤ ਖੂਬ ਜੀ, ਸਾਰਾ ਗੀਤ ਉੱਥੇ ਸਟੇਜ 'ਤੇ ਸੁਣਾਉਣਗੇ, ਅਤੇ ਤੁਸੀਂ ਪਰਿਵਾਰਾਂ ਸਮੇਤ ਆਉਣਾ, ਤੁਹਾਨੂੰ ਹਰ ਤਰ੍ਹਾਂ ਦਾ ਟੇਸਟ ਮਿਲੇਗਾ, ਹਰ ਤਰ੍ਹਾਂ ਦਾ ਰੰਗ ਮਿਲੇਗਾ। ਸੋ ਡਿਊਟ ਵੀ ਰਵਿੰਦਰ ਗਰੇਵਾਲ ਅਤੇ ਅਰਸ਼ਪ੍ਰੀਤ ਹੋਣੀ ਜਿਹੜਾ ਲਵਲੀ ਗੀਤ ਸੁਣਾਉਣਗੇ ਜੀ। ਹਾਂਜੀ, ਜਿਵੇਂ ਰਵਿੰਦਰ ਜੀ ਨੇ ਦੱਸਿਆ ਕਿ ਪਹਿਲੀ ਵਾਰ ਡੂਇਟ ਸਟੇਜ 'ਤੇ, ਉਹਦੇ ਥੋੜ੍ਹਾ ਜਿਹਾ ਦੋ ਬੋਲ ਕਰ ਸਕਦੇ ਹੋ ਜੀ? ਚਲੋ ਜੀ। ਵੇ ਮੈਂ ਕੁੜੀ ਬੜੇ ਉੱਚੇ ਖਾਨਦਾਨ ਦੀ, ਉਹ ਨਾ ਮਿੱਤਰਾਂ ਦਾ ਦੁਨੀਆਂ ਏ ਜਾਣਦੀ, ਵੇ ਮੈਂ ਕੁੜੀ ਬੜੇ ਉੱਚੇ ਖਾਨਦਾਨ ਦੀ, ਨਾ ਮਿੱਤਰਾਂ ਦਾ ਦੁਨੀਆਂ ਏ ਜਾਣਦੀ, ਵੇ ਮੈਂ ਮੱਖਣ, ਵੇ ਮੈਂ ਮੱਖਣ, ਅੱਛਾ, ਵੇ ਮੈਂ ਮੱਖਣ ਮਲਾਈਆਂ ਵਰਗੀ, ਦੁੱਧ ਵਾਂਗੂ ਜੱਟ ਕੜਦਾ, ਵੇ ਮੈਂ ਲਵਲੀ ਜੀ ਲਵਲੀ ਚ ਪੜਦੀ, ਉਹ ਪੀਉ ਚ ਜੱਟ ਪੜਦਾ, ਵੇ ਮੈਂ ਲਵਲੀ ਜੀ ਲਵਲੀ ਚ ਪੜਦੀ, ਪੀਉ ਚ ਜੱਟ ਪੜਦਾ ਜੀ। ਬਹੁਤ ਖੂਬ, ਲਵਲੀ ਚ ਪੜਨ ਲਈ ਲਵਲੀ ਹੋਣਾ ਜ਼ਰੂਰੀ ਹੈ ਜੀ?
ਲਵਲੀ ਜੀ, ਲਵਲੀ ਜੀ, ਬਹੁਤ ਬਹੁਤ ਧੰਨਵਾਦ ਜੀ। ਸੋ ਇਹੋ ਜਿਹੀ ਰੌਣਕ ਲੱਗੇਗੀ ਕੱਲ੍ਹ ਸ਼ਾਮ ਨੂੰ ਜਿਹੜਾ ਕਿ ਸ਼ੋਅ ਹੋਣਾ ਹੈ ਜਸ਼ਨ ਏ ਵਿਸਾਖੀ, ਦਲਵੀਰ ਜੱਲੋਵਾਲੀਆ ਹੋਣੀ ਅਤੇ ਸਰਬਪਾਲ ਹੋਣੀ ਲੈ ਕੇ ਆਏ ਨੇ, ਅਤੇ ਬਹੁਤ ਵਧੀਆ ਤੁਹਾਡੇ ਲਈ ਉੱਥੇ ਗੀਤ ਸੰਗੀਤ ਹੋਏਗਾ। ਪ੍ਰੀਤ ਹਰਪਾਲ ਜੀ ਵੀ ਸਾਡੇ ਨਾਲ ਮੌਜੂਦ ਨੇ, ਸੋ ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਵੱਖ ਵੱਖ ਗੀਤ ਇਹਨਾਂ ਨੇ ਵੀ ਵੱਖ ਵੱਖ ਤਰ੍ਹਾਂ ਦੇ ਗਾਏ ਆ। ਸੋ ਆਹ ਗੀਤ ਜਿਹੜਾ ਇਹਨਾਂ ਦਾ ਬਹੁਤ ਪਸੰਦ ਹੈ, ਮੈਂ ਅਕਸਰ ਲਾਉਂਦਾ ਹੈ, ਔਰ ਇਹਦੇ 'ਚ ਸੱਚਾਈ ਵੀ ਆ। ਤੁਹਾਡਾ ਸਵਾਗਤ ਹੈ ਇੱਕ ਵਾਰੀ ਫਿਰ ਜੀ। ਬਹੁਤ ਬਹੁਤ ਧੰਨਵਾਦ ਤੂਰ ਸਾਹਿਬ, ਥੈਂਕ ਯੂ ਵੈਰੀ ਮੱਚ। ਬਿਲਕੁਲ ਜੀ, ਔਰ ਤੁਸੀਂ ਵੀ ਸਫ਼ਰ ਬੜਾ ਦੇਰ ਦਾ ਸ਼ੁਰੂ ਕੀਤਾ ਹੋਇਆ, ਔਰ ਇੱਕ ਤੁਹਾਡੀ ਸੀ ਡੀ ਸੀ ਸਫ਼ਰ ਉਹ ਵੀ ਬੜੀ ਪਸੰਦ ਸੀ। ਹਾਂਜੀ ਹਾਂਜੀ, ਅਰਾਊਂਡ ਮੇਰੇ ਖਿਆਲ 'ਚ 2007-08 ਦੀ ਗੱਲ ਕਰ ਰਹੇ ਤੁਸੀਂ। ਜੀ ਜੀ, ਸਫ਼ਰ ਆਈ ਸੀਗੀ ਉਦੋਂ, ਉਹਦੇ 'ਚ ਗਾਣੇ ਬੜੇ, ਉਦੋਂ ਇੱਕ ਵੱਖਰਾ ਜਿਹਾ ਟਰੈਂਡ ਸੀਗਾ, ਘੁੰਗਰੂ ਗਾਣਾ ਬਹੁਤ ਸੀ ਵਜਾਇਆ ਰੇਡੀਓ 'ਤੇ ਜੀ। ਸਾਡੀ ਖੁਸ਼ ਨਸੀਬੀ ਕਹਿ ਲਓ ਤੂਰ ਸਾਹਿਬ ਕਿ ਅਸੀਂ 2000 ਤੋਂ ਮੈਂ ਕੈਰੀਅਰ ਸ਼ੁਰੂ ਕੀਤਾ, ਅਤੇ ਇੰਨੇ ਸਾਲਾਂ ਦੇ ਵਿੱਚ ਸਾਨੂੰ ਵੱਖਰੇ ਵੱਖਰੇ ਸਮੇਂ ਦਾ ਸਾਹਮਣਾ ਕਰਨਾ ਪਿਆ, ਵੱਖਰੇ ਵੱਖਰੇ ਟ੍ਰੈਂਡ ਦਾ ਸਾਹਮਣਾ ਕਰਨਾ ਪਿਆ ਜੀ, ਅਤੇ ਸਾਨੂੰ ਆਪਣੇ ਆਪ ਨੂੰ ਬਦਲਣ ਦਾ ਇੱਕ ਮੌਕਾ ਕਹਿ ਲਓ ਕਿ ਮਿਲਿਆ, ਹਰੇਕ ਗਾਣੇ ਤੋਂ ਬਾਅਦ, ਹਰੇਕ ਐਲਬਮ ਤੋਂ ਬਾਅਦ। ਸੋ ਉਹਦੇ ਨਾਲ ਕਾਫ਼ੀ ਕਹਿ ਲਓ ਕਿ ਐਕਸਪੀਰੀਅੰਸ ਜਿਹੜੇ ਬਣੇ ਸਾਡੇ, ਪਲੱਸ ਹੋਈਆਂ ਕਈ ਚੀਜ਼ਾਂ ਸਾਡੀ ਲਾਈਫ ਦੇ ਵਿੱਚ। ਸੋ ਉਹ ਤਜ਼ਰਬਾ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਗਾਣਿਆਂ 'ਚ ਨਜ਼ਰ ਪੈ ਜਾਂਦਾ ਹੈ ਜੀ। ਔਰ ਫੇਸਬੁੱਕ ਦੇ ਉੱਪਰ ਬਹੁਤ ਸਾਰੇ ਸਾਡੇ ਸਰੋਤੇ ਮੈਸੇਜ ਪਾ ਰਹੇ ਨੇ, ਜਿਨ੍ਹਾਂ ਦੇ ਵਿੱਚ ਮੱਕੜ ਸਾਹਿਬ, ਮੱਕੜ ਸਤਵੀਰ ਹੋਣੀ, ਕਿਉਂਕਿ ਮੱਕੜ ਨਾ ਪੜ੍ਹ ਕੇ ਡਰ ਲੱਗਦਾ ਜੀ, ਮੈਂ ਕਿਤੇ ਜਿੱਥੇ ਮੱਕੜ ਸਤਵੀਰ ਹੋਣੀ, ਮਨਦੀਪ ਹੋਣੀ ਅਤੇ ਪੰਨੂ ਥਰਾਜ ਹੋਣੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾਈ ਜੀ ਤਿੰਨਾਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਡੇ ਵੱਲੋਂ ਵੀ ਜੀ। ਅਤੇ ਇਸ ਤੋਂ ਬਿਨਾਂ ਤੁਸੀਂ ਫਿਲਮਾਂ 'ਚ ਵੀ ਕੰਮ ਕੀਤਾ, ਰਵਿੰਦਰ ਹੋਣਾ ਨੇ ਵੀ, ਤੁਸੀਂ ਵੀ ਫਿਲਮ ਦੇ ਵਿੱਚ ਅਤੇ ਵੱਖੋ ਵੱਖਰੇ ਵਿਸ਼ਿਆਂ ਦੇ ਉੱਪਰ ਤੁਸੀਂ ਗਾਣੇ ਗਾਏ ਆ। ਹੱਕ ਦੀ ਕਮਾਈ ਨਾਲ ਸਕੂਟਰ 'ਚ ਤੇਲ ਨਹੀਂ ਪੈਂਦਾ ਜੀ ਜੀ ਬਿਲਕੁਲ, ਅਤੇ ਉੱਥੇ ਪਤਾ ਨਹੀਂ ਕਿੱਦਾਂ ਫਾਰਚੂਨਰ ਚੱਲੀ ਜਾਂਦੇ ਆ, ਅਤੇ ਉਹ ਬਾਅਦ 'ਚ ਹੀ ਪਤਾ ਲੱਗਦਾ ਜਦੋਂ ਚਿੱਟੇ ਰੰਗ ਦੇ ਫਾਰਚੂਨਰ 'ਚੋਂ ਚਿੱਟੇ ਰੰਗ ਦੇ ਕੋਲ ਫੜਿਆ ਜਾਂਦਾ। ਸੋ ਤੁਸੀਂ ਸਾਡੇ ਸਰੋਤਿਆਂ ਨੂੰ ਕੀ ਕਹਿਣਾ ਚਾਹੁੰਦੇ ਜੀ? ਬਸ ਅਸੀਂ ਤਾਂ ਸਰੋਤਿਆਂ ਨੂੰ ਹਮੇਸ਼ਾ ਇਹ ਅਪੀਲ ਕਰਦੇ ਹਾਂ ਕਿ ਤੁਸੀਂ ਚੰਗਾ ਸੁਣੋ, ਔਰ ਜਿਹੜਾ ਚੰਗਾ ਮਿਊਜ਼ਿਕ ਹੈ ਉਹਨੂੰ ਅਪਰੀਸ਼ੀਏਟ ਕਰੋ, ਤਾਂ ਜੋ ਸਾਡਾ ਕਲਾਕਾਰਾਂ ਦਾ ਹੌਸਲਾ ਬਣੇ, ਅਤੇ ਅਸੀਂ ਚੰਗੇ ਚੰਗੇ ਗਾਣੇ ਤੁਹਾਡੇ ਸਾਰਿਆਂ ਦੇ ਸਾਹਮਣੇ ਲੈ ਕੇ ਆਉਂਦੇ ਰਹੀਏ। ਕਿਉਂਕਿ ਬਹੁਤੀ ਵਾਰੀ ਸ਼ਿਕਾਇਤ ਰਹਿੰਦੀ ਹੈ ਸਰੋਤਿਆਂ ਨੂੰ ਕਿ ਵੀ ਫਲਾਣੇ ਨੇ ਕੋਈ ਵਧੀਆ ਗਾਣੇ ਨਹੀਂ ਗਾਏ ਜਾਂ ਵਧੀਆ ਕੰਮ ਨਹੀਂ ਕੀਤਾ ਉਹਨੇ, ਇਹਨਾਂ ਨੂੰ ਸਮਾਜਿਕ ਗਾਣੇ ਕਰਨੇ ਚਾਹੀਦੇ। ਪਰ ਮੈਂ ਇਹ ਜ਼ਰੂਰੀ ਕਹਿਣਾ ਸਮਝਦਾ ਵੀ ਸਮਾਜਿਕ ਸੁਣਨ ਵਾਲੇ ਜਿਹੜੇ ਸਰੋਤੇ ਉਹਨਾਂ ਦੀ ਸਾਨੂੰ ਹਮੇਸ਼ਾ ਲੋੜ ਆ, ਅਤੇ ਉਹਨਾਂ ਦੀ ਸ਼ਾਇਦ ਕਿਤੇ ਨਾ ਕਿਤੇ ਕਮੀ ਹੈ, ਅਤੇ ਜਦ ਤੱਕ ਉਹ ਕਮੀ ਪੂਰੀ ਨਹੀਂ ਹੁੰਦੀ ਤਦ ਤੱਕ ਸਾਡੇ ਵਰਗੇ ਜਾਂ ਜਿਹੜੇ ਹੋਰ ਕਈ ਕਲਾਕਾਰ ਨੇ ਉਹਨਾਂ ਤੋਂ ਇਹੋ ਜਿਹੀਆਂ ਗਲਤੀਆਂ ਹੁੰਦੀਆਂ ਰਹਿਣਗੀਆਂ। ਸੋ ਮੈਂ ਹਮੇਸ਼ਾ ਹੀ ਇਹ ਅਪੀਲ ਕਰਦਾ ਹੁੰਦਾ ਕਿ ਚੰਗਾ ਸੁਣੋ ਜੀ ਜੀ, ਕਿਉਂਕਿ ਚੰਗੀ ਸਲਾਹ ਦੇਣੀ, ਉਹਦੇ ਨਾਲ ਨਾਲ ਆਪਣੀ ਜਿਹੜੀ ਸੋਚ ਆ ਉਹਨੂੰ ਵੀ, ਉਹ ਵੀ ਸਾਕਾਰ ਹੋਵੇ ਥੋੜ੍ਹੀ ਜਿਹੀ, ਅਤੇ ਫਿਰ ਸਾਨੂੰ ਵੀ ਚੰਗਾ ਲੱਗਦਾ। ਅਤੇ ਕਿਉਂਕਿ ਅਸੀਂ ਕਨਫਿਊਜ਼ ਹੋ ਜਾਂਦੇ ਹਾਂ ਕਈ ਵਾਰੀ, ਅੱਜ ਕੱਲ੍ਹ ਤਾਂ ਡਿਜੀਟਲ ਦੀ ਮਾਰਕੀਟ ਹੈ, ਯੂਟਿਊਬ ਦਾ ਯੁੱਗ ਆ, ਤੁਸੀਂ ਯੂਟਿਊਬ 'ਤੇ ਜਾਂਦੇ ਹੋ, ਕੋਈ ਵੀ ਗਾਣਾ ਪਾਉਂਦੇ ਹੋ, ਕੋਈ ਕਮਰਸ਼ੀਅਲ ਗਾਣਾ ਪਾਉਂਦੇ ਹੋ, ਉਹਦਾ ਰਿਸਪੋਂਸ ਕੁਛ ਹੋਰ ਰਹਿੰਦਾ, ਕੋਈ ਸੋਸ਼ਲੀ ਇੱਦਾਂ ਦਾ ਕੋਈ ਸਰਕਾਰਾਂ ਨਾਲ ਜੁੜਿਆ ਗਾਣਾ ਜਦੋਂ ਪਾਉਂਦੇ ਹੋ, ਉਹਦਾ ਰਿਸਪੋਂਸ ਕੁਛ ਹੋਰ ਰਹਿੰਦਾ, ਅਤੇ ਅਸੀਂ ਕਨਫਿਊਜ਼ ਹੋ ਜਾਂਦੇ ਹਾਂ ਕਿ ਸਾਨੂੰ ਜਦੋਂ ਕੁਐਸਚਨ ਹੁੰਦੇ ਆ ਉਦੋਂ ਇਹਨਾਂ ਗਾਣਿਆਂ ਲਈ ਹੁੰਦੇ ਕਿ ਤੁਸੀਂ ਅਜੇ ਗਾਣੇ ਨਹੀਂ ਗਾਉਂਦੇ, ਪਰ ਜਦੋਂ ਸੁਣਨ ਦਾ ਟਾਈਮ ਆਉਂਦਾ ਜਾਂ ਜਦੋਂ ਕਮਰਸ਼ੀਅਲੀ ਸਪੋਰਟ ਦਾ ਟਾਈਮ ਆਉਂਦਾ, ਅਤੇ ਉਦੋਂ ਇਹਨਾਂ ਗਾਣਿਆਂ ਨੂੰ ਬਹੁਤ ਵੱਡਾ ਸਪੋਰਟ ਨਹੀਂ ਮਿਲਦਾ, ਅਤੇ ਅਸੀਂ ਉਹ ਕਨਫਿਊਜ਼ਨ 'ਚ ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਜਦੋਂ ਹੱਕ ਦੀ ਕਮਾਈ ਦੀ ਗੱਲ ਕੀਤੀ ਹੈ ਜਾਂ ਫਿਰ ਨਸ਼ਿਆਂ ਦੀ ਗੱਲ ਕੀਤੀ ਹੈ, ਅਤੇ ਮੇਰੇ ਵੱਲੋਂ ਤਾਂ ਹਮੇਸ਼ਾ ਐਫਰਟ ਰਹਿੰਦਾ ਹੀ ਹੈ, ਚਾਹੇ ਇਹੋ ਜਿਹੇ ਗਾਣਿਆਂ ਨੂੰ ਕੋਈ ਪਸੰਦ ਕਰੇ ਚਾਹੇ ਨਾ ਕਰੇ, ਪਰ ਮੈਂ ਆਪਣੀ ਹਰੇਕ ਐਲਬਮ ਦੇ ਵਿੱਚ ਟਰਾਈ ਕਰਦਾ ਹੁੰਦਾ ਵੀ ਇਹੋ ਜਿਹਾ ਗਾਣਾ ਪਾਇਆ ਜਾਵੇ ਜ਼ਰੂਰ। ਬਿਲਕੁਲ ਜੀ, ਅਕਸਰ ਅਸੀਂ ਵੀ, ਮੈਂ ਵੀ ਇਹ ਗੱਲ ਕਹਿੰਦਾ ਰਹਿੰਦਾ ਹੁੰਦਾ ਰੇਡੀਓ ਦੇ ਉੱਪਰ, ਜੇ ਹੁਣ ਬਹੁਤ ਸਾਰੇ ਲੋਕ ਜਿਹੜੇ ਕਹਿੰਦੇ ਜੀ ਗਾਉਣ ਵਾਲੇ ਉੱਥੇ ਵੀ ਜੱਟ ਦਾ ਖੁਦਕਸ਼ੀਆਂ ਕਰਦੇ ਆ, ਇਹ ਉਹਨਾਂ ਨੂੰ ਦਨਾਲੀਆਂ ਚੁਕਾ ਕੇ ਭਜਾਈ ਫਿਰਦੇ ਆ, ਬਿਜਲੀ ਦਿਖਾਈ ਜਾਂਦੇ ਆ, ਉਹ ਚੀਜ਼ਾਂ ਵਿਕਦੀਆਂ ਜ਼ਿਆਦਾ ਆ, ਕੰਪਨੀਆਂ ਖਰੀਦਦੀਆਂ ਉਹਨੂੰ। ਅਸੀਂ ਅਕਸਰ ਇਹ ਕਹਿੰਦੇ ਹੁੰਦੇ ਹਾਂ ਕਿ ਤੁਸੀਂ ਵਧੀਆ ਚੀਜ਼ ਦੀ ਸਪੋਰਟ ਕਰੋ, ਵਧੀਆ ਜਿਹੜੇ ਗੀਤ ਹੈਗਾ, ਸੰਗੀਤ ਹੈਗਾ, ਉਹਨੂੰ ਤੁਸੀਂ ਵੱਧ ਤੋਂ ਵੱਧ ਸਪੋਰਟ ਕਰੋ, ਤਾਂ ਹੀ ਵਧੀਆ ਆਏਗਾ।
ਜੇ ਜਿਹੜੀ ਮਾੜੀ ਚੀਜ਼ ਦੀ ਸਪੋਰਟ ਹੋਊਗੀ ਤਾਂ ਫਿਰ ਆਪੇ ਮਾੜੀ ਵਿਕਣੀ ਆ, ਅਤੇ ਅਸੀਂ ਉੱਥੇ ਅਕਸਰ ਜਾ ਕੇ ਵੀ ਦੇਖਦੇ ਹਾਂ ਇਹ ਚੀਜ਼ ਨੂੰ। ਮੈਨੂੰ ਐਂ ਲੱਗਦਾ ਵੀ ਜਿਹੜਾ ਜਿਹੜੇ ਇਹੋ ਜਿਹੇ ਗਾਣਿਆਂ ਦੀ ਆਡੀਅੰਸ ਆ ਉਹ ਥੋੜ੍ਹੀ ਮੈਚਿਓਰ ਆਡੀਅੰਸ ਹੁੰਦੀ ਹੈ, ਉਹ ਸ਼ਾਇਦ ਯੂਟਿਊਬ 'ਤੇ ਨਾ ਬੈਠਦੀ ਹੋਵੇ, ਉਹ ਸ਼ਾਇਦ ਇੰਟਰਨੈਟ 'ਤੇ ਨਾ ਬੈਠਦੀ ਹੋਵੇ ਜ਼ਿਆਦਾ। ਪਰ ਜਦੋਂ ਅਸੀਂ ਮੇਲਿਆਂ 'ਚ ਜਾਂਦੇ ਹਾਂ ਜਾਂ ਫਿਰ ਇਹੋ ਜਿਹੇ ਤੁਹਾਡੇ ਵਰਗੇ ਸੱਜਣਾਂ ਦੇ ਦਰਸ਼ਨ ਕਦੀ ਹੁੰਦੇ ਆ ਰੇਡੀਓ ਦੇ ਥਰੂ, ਉਦੋਂ ਫਿਰ ਸਾਨੂੰ ਲੱਗਦਾ ਕਿ ਨਹੀਂ ਯਾਰ ਉਹਨਾਂ ਗਾਣੇ ਦੇ ਸਰੋਤੇ ਹੈਗੇ ਨੇ, ਉਹ ਸਰੋਤੇ ਚਾਹੇ ਇੰਟਰਨੈਟ 'ਤੇ ਨਾ ਬੈਠੇ ਹੋਣ, ਕਿਉਂਕਿ ਇੰਟਰਨੈਟ 'ਤੇ ਜ਼ਿਆਦਾ ਯੂਥ ਬੈਠਾ ਹੁੰਦਾ ਔਰ ਯੂਥ ਨੂੰ ਆਪਣੀ ਉਮਰ ਦੇ ਗਾਣੇ ਚੰਗੇ ਲੱਗਦੇ। ਔਰ ਵੈਸੇ ਵੀ ਰਵਿੰਦਰ ਹੁਣੀ ਹਮੇਸ਼ਾ ਗੱਲ ਕਰਦੇ ਵੀ ਬੰਦੇ ਦੀ ਲਾਈਫ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਰੰਗ ਹੈ, ਉਦਾਸੀ ਵੀ ਹੈ, ਹਾਸਾ ਵੀ ਹੈ, ਉਹ ਸਾਰੇ ਰੰਗ ਜਿਹੜੇ ਨੇ ਉਹ ਜ਼ਰੂਰੀ ਹੈ ਸਾਡੇ ਲਈ, ਪਰ ਇੱਕੋ ਹੀ ਰੰਗ ਦੇ ਉੱਤੇ ਜ਼ਿਆਦਾ ਜ਼ੋਰ ਦਿੱਤਾ ਜਾਵੇ ਉਹ ਵੀ ਚੰਗੀ ਗੱਲ ਨਹੀਂ। ਜਿਵੇਂ ਪਿੱਛੇ ਜੇ ਰੌਲਾ ਪੈਂਦਾ ਰਿਹਾ ਵੀ ਹਥਿਆਰਾਂ ਵਾਲੇ ਗਾਣੇ ਬੜੇ ਆ ਗਏ, ਠੀਕ ਹੈ ਉਹ ਵੀ ਜਦੋਂ ਕਿਤੇ ਬੰਦੇ ਦਾ ਵੱਖਰਾ ਵੱਖਰਾ ਸੁਭਾਅ ਆ, ਉਹੀ ਬੰਦਾ ਗੁਰਦੁਆਰਾ ਸਾਹਿਬ ਵੀ ਜਾਂਦਾ, ਉਹ ਵਿਆਹ 'ਚ ਦਾਰੂ ਪੀ ਕੇ ਭੰਗੜਾ ਵੀ ਪਾਉਂਦਾ। ਸੋ ਮਤਲਬ ਵੱਖਰੀਆਂ ਵੱਖਰੀਆਂ ਟਾਈਮ ਦੇ ਉੱਤੇ ਵੱਖਰਾ ਵੱਖਰਾ ਸੁਭਾਅ ਰਹਿੰਦਾ ਬੰਦੇ ਦਾ, ਪਰ ਇੱਕੋ ਚੀਜ਼ ਦੇ ਉੱਤੇ ਫੋਕਸ ਕਰ ਦੇਣਾ ਉਹ ਵੀ ਗਲਤ ਗੱਲ ਹੈ। ਸੋ ਅਲੱਗ ਅਲੱਗ ਤਰ੍ਹਾਂ ਦੀ ਚੀਜ਼ ਜਿਹੜੀ ਆ ਉਹ ਸਰੋਤਿਆਂ ਦੇ ਸਾਹਮਣੇ ਜਾਣੀ ਚਾਹੀਦੀ ਹੈ ਔਰ ਸਰੋਤਿਆਂ ਨੂੰ ਵੀ ਉਸ ਚੀਜ਼ ਨੂੰ ਸਵੀਕਾਰ ਕਰਨਾ ਚਾਹੀਦਾ। ਅਸੀਂ ਕਈ ਵਾਰੀ ਗੀਤ ਆਉਂਦੇ ਨੇ ਉਹਦੇ ਉੱਪਰ ਜੇ ਅਸੀਂ ਰੇਡੀਓ 'ਤੇ ਲਾ ਦਈਏ ਜਦੋਂ ਫੋਨ ਆ ਜਾਂਦੇ ਆਹ ਯਾਰ ਬਾਈ ਕੀ ਲਾਤਾ ਇਹ ਲਾਉਣਾ ਨਹੀਂ ਚਾਹੀਦਾ, ਅਤੇ ਮੈਂ ਪਿੱਛੇ ਜੇ ਇੰਡੀਆ ਗਿਆ ਸੀ ਮੈਂ ਉੱਥੇ ਜਾ ਕੇ ਵੇਖਿਆ ਉਹੀ ਗੀਤ ਰਿਪੀਟ ਹੋ ਰਿਹਾ ਹੁੰਦਾ ਜੀ ਡੀਜੇ ਦੇ ਉੱਤੇ, ਦਿਹਤਰੀ 'ਤੇ ਉੱਥੇ ਭੰਗੜਾ ਪੈ ਰਿਹਾ ਹੁੰਦਾ ਉੱਥੇ, ਹਾਲਾਂਕਿ ਉੱਥੇ ਪੂਰੇ ਪਰਿਵਾਰਾਂ 'ਚ ਨੱਚ ਰਹੇ ਹੁੰਦੇ ਉੱਥੇ, ਉਹਦੇ ਕਿਸੇ ਗੀਤ 'ਤੇ ਕੋਈ ਕੈਤੂ ਪਰੈਤੂ ਨਹੀਂ ਹੁੰਦਾ। ਕਿਤੇ ਨਾ ਕਿਤੇ ਤੂਰ ਸਾਹਿਬ ਕਹਿਣੀ ਤੇ ਕਰਨੀ 'ਚ ਫਰਕ ਆ ਗਿਆ ਜੀ। ਜੀ ਅਸੀਂ ਸਲਾਹਾਂ ਤਾਂ ਬਹੁਤ ਦਿੰਦੇ ਹਾਂ ਦੂਸਰੇ ਬੰਦੇ ਨੂੰ ਕਿ ਆਏ ਨਾ ਕਰੋ ਆਹ ਨਾ ਕਰੋ, ਬਟ ਜਦੋਂ ਸਾਡੇ ਆਪ 'ਤੇ ਉਹੀ ਚੀਜ਼ ਆਉਂਦੀ ਹੈ ਤਾਂ ਅਸੀਂ ਵੱਧ ਚੜ੍ਹ ਕੇ ਉਸ ਚੀਜ਼ 'ਚ ਮੂਹਰੇ ਹੁੰਦੇ ਹਾਂ ਕਰਨ 'ਚ ਜੀ। ਮੈਂ ਅਕਸਰ ਕਹਿੰਦਾ ਹੁੰਦਾ ਕਿ ਬੰਦੇ ਦੇ ਦੋ ਕਰੈਕਟਰ ਆ ਜੀ, ਜਦੋਂ ਉਹ ਆਪਦੇ ਘਰੇ ਬੈਠਾ ਆਪਦੇ ਪਰਿਵਾਰ 'ਚ ਬੈਠਾ ਉਹ ਇੱਕ ਨਹੀਂ ਹੁਣ ਤੇ ਜ਼ਿਆਦਾ ਹੋ ਗਏ ਕਰੈਕਟਰ ਬਣ ਕੇ ਹੁਣ ਥੋੜ੍ਹੇ ਜ਼ਿਆਦਾ ਹੋ ਗਏ। ਔਰ ਬਾਕੀ ਵੱਡੀ ਗੱਲ ਇਹ ਆ ਕਿ ਮਾੜੇ ਨੂੰ ਕੋਸਣ ਦੀ ਬਜਾਏ ਮੈਂ ਤਾਂ ਹਮੇਸ਼ਾ ਹੀ ਇਹ ਗੱਲ ਕਰਦਾ, ਜ਼ਰੂਰਤ ਇਸ ਗੱਲ ਦੀ ਹੈ ਕਿ ਚੰਗੇ ਨੂੰ ਸਪੋਰਟ ਕਰੋ, ਮਾੜਾ ਫਿਰ ਆਪਣੇ ਆਪ ਹੀ ਖਤਮ ਹੋ ਜਾਏਗਾ। ਬਿਲਕੁਲ, ਜੇ ਅਸੀਂ ਮਾੜਿਆਂ ਨੂੰ ਤਾਂ ਕੱਢੀ ਜਾਂਦੇ ਹਾਂ ਗਾਲਾਂ ਕਿ ਇਹਨੇ ਆਏ ਨਹੀਂ ਸੀ ਕਰਨਾ, ਬਟ ਚੰਗੇ ਵੱਲ ਵੀ ਸਾਡਾ ਧਿਆਨ ਨਹੀਂ, ਜੇ ਕੁਛ ਗਲਤ ਹੁੰਦਾ ਤਾਂ ਅਸੀਂ ਵੱਧ ਚੜ੍ਹ ਕੇ ਰੌਲਾ ਪਾਉਣ ਲੱਗ ਜਾਂਦੇ ਹਾਂ ਕਿ ਯਾਰ ਆਹ ਨਹੀਂ ਹੋਣਾ ਚਾਹੀਦਾ, ਬਟ ਜਦੋਂ ਉਹੀ ਬੰਦਾ ਕੁਛ ਚੰਗੀ ਚੀਜ਼ ਕਰਦਾ ਉਦੋਂ ਅਸੀਂ ਚੁੱਪ ਕਰ ਜਾਂਦੇ ਹਾਂ, ਉਦੋਂ ਵੀ ਸਾਡਾ ਉਨਾ ਹੀ ਫਰਜ਼ ਬਣਦਾ ਕਿ ਅਸੀਂ ਉਹਨੂੰ ਕਹੀਏ ਕਿ ਯਾਰ ਤੂੰ ਬਹੁਤ ਵਧੀਆ ਕੀਤਾ, ਕਿਉਂਕਿ ਬੰਦੇ ਨੂੰ ਫਿਰ ਆਪਣੇ ਆਪ ਹੀ ਸ਼ਰਮ ਆਉਣ ਲੱਗ ਜਾਂਦੀ ਹੈ ਕਿ ਯਾਰ ਉਦੋਂ ਮੇਰੀ ਸ਼ਾਬਾਸ਼ੀ ਮਿਲੀ ਸੀ ਮੈਨੂੰ, ਹੁਣ ਮੈਨੂੰ ਗਾਲਾਂ ਮਿਲ ਰਹੀਆਂ ਮੈਂ ਕੀ ਕਰਨਾ, ਤਾਂ ਉਹ ਆਪੇ ਹੀ ਫਿਰ ਚੂਜ਼ ਕਰੇਗਾ ਦੋਨਾਂ 'ਚ। ਬਿਲਕੁਲ ਜੀ, ਔਰ ਮੈਂ ਅਕਸਰ ਉੱਦਾਂ ਵੀ ਗੱਲ ਕਰਦਾ ਹੁੰਦਾ ਕਿ ਜਦੋਂ ਜਿਹੜਾ ਵਿਅਕਤੀ ਜਦੋਂ ਉਹ ਜਵਾਨ ਹੁੰਦਾ, ਜਦੋਂ ਉਹਦੀ ਜੰਗ ਏਜ ਦੇ ਵਿੱਚ ਜਿਹੜਾ ਉਹਨੇ ਮਿਊਜ਼ਿਕ ਸੁਣਿਆ ਹੁੰਦਾ ਉਹ ਫੋਰਐਵਰ ਉਹਦੀ ਲਾਈਫ 'ਚ ਚੱਲਦਾ ਜੀ। ਜਿਹੜਾ 50 ਦੇ ਵਿੱਚ ਹੋਇਆ ਜੀ ਉਹਨੂੰ 50 ਵਾਲੇ ਚੰਗੇ ਲੱਗਦੇ ਆ, ਜਿਹੜੇ 60 ਉਹਨਾਂ ਨੂੰ ਉਹ ਚੰਗੇ ਲੱਗਦੇ ਆ। ਸਾਨੂੰ ਇੱਥੇ ਕਈ ਵਾਰੀ ਔਖਾ ਹੋ ਜਾਂਦਾ, ਕੀ ਕਹਿਣਗੇ ਜੀ ਬਸ ਤੁਸੀਂ ਮਾਮਾ ਸਦੀਕ ਹੀ ਲਾਈ ਰੱਖੋ ਜਾਂ ਮਾਣਕ ਸਾਹਿਬ ਲਾਈ ਰੱਖੋ, ਅਤੇ ਉਹਨਾਂ ਅਸੀਂ ਕਿਹਾ ਵੀ ਭਾਈ ਸਾਡੇ ਹਨੀ ਸਿੰਘ ਸੁਣਨ ਵਾਲੇ ਵੀ ਆ, ਸਾਡੇ ਮਾਣਕ ਸੁਣਨ ਵਾਲੇ ਵੀ, ਸਾਨੂੰ ਰਵਿੰਦਰ ਵੀ ਸੁਣਨ ਵਾਲੇ ਹੈਗੇ ਨੇ, ਪ੍ਰੀਤ ਹੋਣੀ ਵੀ, ਅਰਸ਼ ਹੋਣੀ ਵੀ, ਸਾਰਿਆਂ ਦੀ ਸਾਨੂੰ ਫਰਮਾਇਸ਼ ਆਉਂਦੀ ਹੈ ਔਰ ਸਾਨੂੰ ਸਾਰਿਆਂ ਦਾ ਰਾਂਝਾ ਰਾਜੀ ਕਰਨਾ ਪੈਂਦਾ ਜੀ। ਬਿਲਕੁਲ, ਅਤੇ ਤੁਸੀਂ ਸਾਡੇ ਸਰੋਤਿਆਂ ਨੂੰ ਕੀ ਕਹਿਣਾ ਚਾਹੋਗੇ ਇਸ ਸ਼ੋਅ ਬਾਰੇ, ਪਰਿਵਾਰਾਂ ਨੂੰ ਕਿਸ ਉਮੀਦ ਦੇ ਨਾਲ ਆਉਣਾ? ਪਰਿਵਾਰਾਂ ਨੂੰ ਤਾਂ ਵੈਸੇ ਸਭ ਤੋਂ ਪਹਿਲਾਂ ਤਾਂ ਆਪਾਂ ਜਿੱਦਾਂ ਤੂਰ ਸਾਹਿਬ ਗੱਲ ਕੀਤੀ ਹੈ ਕਿ ਇਹ ਇੱਕ ਪਰਿਵਾਰਕ ਸ਼ੋਅ ਆ, ਆਪਣੇ ਬੱਚਿਆਂ ਸਮੇਤ ਆਓ, ਸਾਡੇ ਗੀਤ ਹੀ ਇਹੋ ਜਿਹੇ ਨੇ ਕਿ ਤੁਸੀਂ ਆਪਣੇ ਬੱਚਿਆਂ ਨੂੰ ਸੁਣਾਓ, ਹੈ ਨਾ, ਫੈਮਲੀ 'ਚ ਬੈਠ ਕੇ ਸੁਣੋ। ਔਰ ਅਸੀਂ ਤਾਂ ਹਮੇਸ਼ਾ ਸਾਡਾ ਜਿਹੜਾ ਪਿੰਡਾਂ ਦੀਆਂ ਗੱਲਾਂ, ਹੈ ਨਾ, ਪੰਜਾਬ ਜਿਹੜਾ ਸਾਡਾ, ਅਸੀਂ ਤਾਂ ਅਸਲੀ ਪੰਜਾਬ ਦਿਖਾਉਣਾ ਗੀਤਾਂ 'ਚ, ਔਰ ਸਾਡੇ ਗੀਤਾਂ 'ਚ ਹਮੇਸ਼ਾ ਉਹੀ ਗੱਲਾਂ ਹੁੰਦੀਆਂ। ਸੋ ਇਸ ਕਰਕੇ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਕਿ ਕਿਸੇ ਕਿਸਮ ਦੀ ਹਿਚਹਿਚਾਹਟ ਨਹੀਂ ਰੱਖਣੀ ਚਾਹੀਦੀ, ਔਰ ਜਦੋਂ ਫਿਰ ਇਹੋ ਜਿਹਾ ਸ਼ੋਅ ਆਉਂਦਾ ਸੋ ਇਹ ਇੱਕ ਫਰਜ਼ ਵੀ ਬਣਦਾ। ਵੈਸੇ ਤਾਂ ਇਹ ਵੀ ਗੱਲ ਹੈ ਕਿ ਜਿਹੜੇ ਵਿਦੇਸ਼ਾਂ 'ਚ ਪੰਜਾਬੀ ਵੱਸਦੇ ਨੇ ਉਹਨਾਂ ਨੇ ਹਮੇਸ਼ਾ ਜਿਹੜੇ ਪੰਜਾਬੀਅਤ ਦੇ ਨੇੜੇ ਦੇ ਗੀਤ ਨੇ ਉਹਨਾਂ ਨੂੰ ਹਮੇਸ਼ਾ ਹੀ ਸਪੋਰਟ ਕੀਤਾ, ਔਰ ਜੇ ਅੱਜ ਤੱਕ ਅੱਜ ਕਿਤੇ ਨਾ ਕਿਤੇ ਸਾਡਾ ਸੱਭਿਆਚਾਰ ਜਿਉਂਦਾ ਹੈ, ਉਹਦੇ 'ਚ ਸਭ ਤੋਂ ਵੱਡਾ ਹੱਥ ਆ ਜਿਹੜਾ ਉਹ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦਾ, ਉਹ ਵੀ ਕੈਨੇਡਾ ਵਾਸੀਆਂ, ਹਾਂ, ਕੈਨੇਡਾ ਵਾਸੀਆਂ ਦਾ, ਔਰ ਉਹ ਵਿਰਸੇ ਦੇ ਜ਼ਿਆਦਾ ਨੇੜੇ ਆ, ਕਿਉਂਕਿ ਇੱਥੇ ਆ ਕੇ ਅਸੀਂ ਗੁਰੂ ਘਰੇ ਵੀ, ਹੈ ਨਾ, ਇੱਕ ਰੂਟੀਨ ਆ ਕਿ ਜਾਂਦੇ ਹਾਂ, ਇੱਥੇ ਮੁੰਡੇ ਢੋਲ ਵਜਾਉਣਾ ਸਿੱਖਦੇ ਆ, ਬੱਚੇ ਭੰਗੜਾ ਪਾਉਂਦੇ ਆ, ਜਿਹੜਾ ਕੁਛ ਉੱਥੋਂ ਮੈਂ ਸਮਝਣਾ ਕਿਤੇ ਨਾ ਕਿਤੇ ਹੁਣ ਅਲੋਪ ਹੋ ਰਿਹਾ। ਸੋ ਜਦੋਂ ਅਸੀਂ ਉੱਥੇ ਫਿਰ ਇੰਨਾ ਜ਼ਿਆਦਾ ਸੱਭਿਆਚਾਰ ਦੇ ਨੇੜੇ ਆ, ਤਾਂ ਫਿਰ ਇਹ ਤਾਂ ਇੱਕ ਸੱਭਿਆਚਾਰਕ ਸ਼ੋਅ ਆ, ਅਤੇ ਇੱਥੇ ਤਾਂ ਵੱਧ ਚੜ੍ਹ ਕੇ ਆਉਣਾ ਚਾਹੀਦਾ ਕਿਸੇ ਦਾ ਵੀ। ਮੈਂ ਪਿੱਛੇ ਜੇ ਮੇਰਾ ਉੱਥੇ ਦੋਸਤ ਲੁਧਿਆਣੇ ਗੱਲਾਂ ਕਰਨ ਲੱਗਿਆ, ਕਹਿੰਦਾ ਯਾਰ ਦੇਖ ਲਾ ਇੱਥੇ ਹੁਣ ਭੋਜਪੁਰੀ ਫਿਲਮਾਂ ਦੇ ਪੋਸਟਰ ਲੱਗੇ ਲੁਧਿਆਣੇ 'ਚ, ਹੈ ਨਾ, ਅਤੇ ਮੈਂ ਕਿਹਾ ਆਹੀ ਗੱਲ ਗੋਰੇ ਸਰੀ ਟੋਰਾਂਟੋ 'ਚ ਕਹਿੰਦੇ ਹੁਣ ਪੰਜਾਬੀਆਂ ਇੱਕ ਟ੍ਰੈਂਡ ਚੇਂਜ ਹੋ ਜਾਂਦਾ। ਔਰ ਕੈਨੇਡਾ ਦੇ ਸਿਰ ਕੈਨੇਡਾ ਨਿਵਾਸੀ ਜਿੰਨੇ ਵੀ ਇੱਥੇ ਪੰਜਾਬੀ ਆ, ਸਾਨੂੰ ਇਸ ਚੀਜ਼ ਦਾ ਮਾਣ ਹੈ ਕਿ ਅਸੀਂ ਇੱਥੇ ਕਬੱਡੀ ਵੀ ਵਰਲਡ ਲੈਵਲ ਤੱਕ ਪਹੁੰਚਾਈ ਆ, ਪੰਜਾਬੀ ਗਾਇਕੀ ਵੀ ਜੇ ਅੱਜ ਦੇਖੀਏ ਤੇ ਪੰਜਾਬੀ ਗਾਇਕੀ
ਲੱਗਦਾ ਨਾ ਕਿ ਕਿਸੇ ਕਲਾਕਾਰ ਕੋਲੋਂ ਕੋਈ ਗਲਤੀ ਹੋਈ ਹੈ ਜਾਂ ਮਤਲਬ ਗੈਰ ਸਮਾਜਿਕ ਗਾਣਾ ਉਹਨੇ ਕੱਢਿਆ, ਅਤੇ ਸਭ ਤੋਂ ਪਹਿਲਾਂ ਜਿਹੜਾ ਉਹਨੂੰ ਸੁਧਾਰਨ ਦਾ ਟੀਚਾ ਹੈ ਉਹ ਕੈਨੇਡੀਅਨ ਜਿਹੜੇ ਨੇ ਉਹ ਚੱਕਦੇ ਨੇ ਹਮੇਸ਼ਾ, ਰੇਡੀਓ ਹੋਵੇ ਚਾਹੇ ਸੋਸ਼ਲ ਮੀਡੀਆ ਹੋਵੇ। ਸੋ ਚੰਗਾ ਲੱਗਦਾ ਇਹ ਚੀਜ਼ਾਂ, ਕਿਉਂਕਿ ਅਸੀਂ ਜਿੱਦਾਂ ਰਵਿੰਦਰ ਹੋਣਾ ਨੇ ਕਿਹਾ ਵੀ ਸ਼ੁਰੂ ਤੋਂ ਹੀ ਪਰਿਵਾਰਾਂ ਨਾਲ ਜੁੜੇ ਹੋਏ ਕਲਾਕਾਰ ਰਹੇ ਹਾਂ ਔਰ ਪਿੰਡਾਂ ਨਾਲ ਸਾਡੇ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਚੀਜ਼ਾਂ ਗਾਉਂਦੇ ਰਹੇ ਹਾਂ, ਅਤੇ ਫਿਰ ਸਾਡੇ ਵਰਗੇ ਬੰਦੇ ਨੂੰ ਇਸ ਚੀਜ਼ ਦਾ ਕਿਤੇ ਨਾ ਕਿਤੇ ਖੁਸ਼ੀ ਹੁੰਦੀ ਕਿ ਯਾਰ ਚਲੋ ਸਾਡੇ ਸਪੋਰਟਰ ਵੀ ਹੈਗੇ ਨੇ ਜੀ। ਸੋ ਚੰਗਾ ਲੱਗਦਾ ਇਹਨਾਂ ਚੀਜ਼ਾਂ ਨੂੰ ਦੇਖ ਕੇ, ਔਰ ਦਲਵੀਰ ਹੋਣਾ ਦਾ, ਸਰਬ ਹੋਣਾ ਦਾ ਅਸੀਂ ਸਪੈਸ਼ਲ ਥੈਂਕਸ ਕਰਦੇ ਹਾਂ ਕਿ ਮੈਂ ਪਹਿਲੀ ਵਾਰੀ ਵਿਨੀਪੈਗ ਦੇ ਵਿੱਚ ਆਇਆ, ਈਵਨ ਮੈਂ ਕੈਨੇਡਾ 'ਚ ਪਹਿਲੀ ਵਾਰੀ ਮੇਰਾ ਟੂਰ ਹੈਗਾ ਇਹ, ਅਤੇ ਉਹ ਵਿਨੀਪੈਗ 'ਚ ਪਹਿਲੀ ਵਾਰੀ ਆਏ ਹਾਂ ਔਰ ਇਹਨਾਂ ਨੇ ਸ਼ੋ ਔਰਗਨਾਈਜ਼ ਕੀਤਾ, ਤੁਸੀਂ ਬਹੁਤ ਤੂਰ ਸਾਹਿਬ ਤੁਸੀਂ ਬਹੁਤ ਸਾਥ ਦਿੱਤਾ। ਸੋ ਸਾਡੇ ਵੱਲੋਂ ਸਾਰਿਆਂ ਨੂੰ ਅਪੀਲ ਹੈ ਕਿ ਤੁਸੀਂ ਵਿਦ ਫੈਮਿਲੀਸ ਆਓ, ਬਕਾਇਦਾ ਸਿਕਿਉਰਿਟੀ ਦਾ ਦਲਵੀਰ ਹੋਣਾ ਨਾਲ ਗੱਲ ਹੋਈ ਆ, ਸਿਕਿਉਰਿਟੀ ਦਾ ਪ੍ਰੋਪਰ ਇੰਤਜ਼ਾਮ ਹੈ ਔਰ ਤੁਸੀਂ ਪਹੁੰਚੋ ਵਿਦ ਫੈਮਿਲੀਜ਼, ਔਰ ਅਸੀਂ ਉਮੀਦ ਕਰਦੇ ਹਾਂ ਔਰ ਪ੍ਰੋਮਿਸ ਵੀ ਕਰਦੇ ਹਾਂ ਕਿ ਤੁਸੀਂ ਇਹ ਸ਼ੋਅ ਜਿਹੜਾ ਹੈ ਲੰਮੇ ਸਮੇਂ ਤੱਕ ਯਾਦ ਰੱਖੋਗੇ ਔਰ ਤਾਰੀਫ ਦੇ ਨਾਲ ਯਾਦ ਰੱਖੋਗੇ। ਬਿਲਕੁਲ ਜੀ, ਇੱਕ ਕਿਉਂਕਿ ਇਹੋ ਜਿਹੀਆਂ ਕਈ ਯਾਦਗਾਰੀ ਚੀਜ਼ਾਂ ਹੁੰਦੀਆਂ ਜਿਹਨਾਂ ਨੂੰ ਤੁਸੀਂ ਹਮੇਸ਼ਾ ਫਿਰ ਯਾਦ ਕਰਦੇ ਹੋ ਕਿ ਅਸੀਂ ਇੱਕ ਸ਼ੋਅ ਵੇਖਿਆ ਸੀ, ਔਰ ਇੱਕ ਵਧੀਆ ਪਰਿਵਾਰਕ ਹੋਏਗਾ ਇਸ ਚੀਜ਼ ਦੀ ਕੋਈ ਦੋ ਰਹਿਮਾ ਨਹੀਂ। ਫਿਰ ਅਰਸ਼ਪ੍ਰੀਤ ਹੋਣੀ ਸੂਫੀ ਰੰਗ ਵੀ ਦਿਖਾਉਣਗੇ, ਅਤੇ ਆਡੀਅੰਸ ਵਿੱਚ ਜਿੱਥੇ ਤੱਕ ਮੇਰਾ ਖਿਆਲ ਆਡੀਅੰਸ ਵਿੱਚ ਹਰ ਤਰ੍ਹਾਂ ਦਾ ਹਰ ਤਰ੍ਹਾਂ ਦੀ ਚੋਇਸ ਵਾਲਾ ਬੰਦਾ ਹੁੰਦਾ, ਕਿਉਂਕਿ ਕਿਸੇ ਨੂੰ ਸੂਫੀ ਪਸੰਦ ਆ, ਕਿਸੇ ਨੂੰ ਹਿੰਦੀ ਜਾਂ ਪੰਜਾਬੀ, ਕਿਸੇ ਨੂੰ ਫੋਕ ਕਲਰ ਪਸੰਦ ਆ ਜੀ। ਤਾਂ ਮੇਰੇ ਵੱਲੋਂ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਮੈਂ ਹਰ ਤਰ੍ਹਾਂ ਦਾ ਰੰਗ ਪੇਸ਼ ਕਰਾਂ ਜੀ। ਔਰ ਪੰਜਾਬੀਆਂ ਦੇ ਵਿੱਚ ਜੀ ਜਿੱਥੇ ਭੰਗੜਾ ਸਾਡੇ ਖੂਨ 'ਚ ਆ, ਸੂਫੀ ਵੀ ਸਾਡਾ ਸੰਗੀਤ ਹੈਗਾ ਜੀ, ਸਾਨੂੰ ਉਹ ਵੀ ਬੜਾ ਚੰਗਾ ਲੱਗਦਾ, ਅਤੇ ਸਾਰੇ ਤਰ੍ਹਾਂ ਦੇ ਰੰਗ ਹੈਗੇ ਆ ਸਾਡੇ, ਉਹ ਸਾਨੂੰ ਚੰਗੇ ਲੱਗਦੇ ਆ। ਔਰ ਤੁਹਾਨੂੰ ਬੇਨਤੀ ਹੈ ਕਿ ਟਿਕਟਾਂ ਜ਼ਰੂਰ ਖਰੀਦ ਲਓ, ਏ ਟੂ ਜੈਡ ਸੁਪਰ ਮਾਰਟ 998 ਕਵਿਟਨ ਸਟਰੀਟ ਦੇ ਉੱਪਰ, ਉੱਥੋਂ ਟਿਕਟਾਂ ਲੈ ਸਕਦੇ ਹੋ, ਜਾਂ ਫਿਰ 110 ਕਵਿਟਨ ਸਟਰੀਟ ਦੇ 101030 ਕਵਿਟਨ ਸਟਰੀਟ ਦੇ ਉੱਪਰ ਸਮੋਸਾ ਕਰਾਊਂ ਰੈਸਟੋਰੈਂਟ, ਉੱਥੋਂ ਵੀ ਟਿਕਟਾਂ ਖਰੀਦ ਸਕਦੇ ਹੋ। 66 ਮੈਂਡਲੇ ਡਰਾਈਵ ਦੇ ਉੱਪਰ ਇੰਡੀਆ ਸਪਾਈਸ ਹਾਊਸ, ਉੱਥੋਂ ਵੀ ਟਿਕਟਾਂ ਪਈਆਂ ਹੈਗੀਆਂ ਨੇ। ਈਕੇ ਦੇ ਵਿੱਚ ਜੇ ਤੁਸੀਂ ਰਹਿੰਦੇ ਹੋ, ਅਤੇ ਫਿਰ ਤੁਸੀਂ ਸੰਗਮ ਗਰੋਸਰੀ 933 ਮਿਕਲਾਊਡ ਦੇ ਉੱਪਰ, ਜਾਂ ਫਿਰ ਤੁਸੀਂ ਸਾਹੇ ਫੂਡ 1100 ਕੰਕੋਡੀਆ ਦੇ ਉੱਪਰ, ਸਾਊਥ ਦੇ ਵਿੱਚ ਤੁਸੀਂ 110 ਅਡਮਾਇਰ ਰੋਡ ਦੇ ਉੱਪਰ ਦੀਦਾਰ ਗਰੋਸਰੀ, ਉੱਥੋਂ ਟਿਕਟਾਂ ਲੈ ਸਕਦੇ ਹੋ, ਜਾਂ ਫਿਰ 1875 ਪਹਿਮਨਾ ਦੇ ਉੱਪਰ ਇੰਡੀਆ ਸਪਾਈਸ ਹਾਊਸ ਸਾਊਥ ਵਾਲੀ ਲੋਕੇਸ਼ਨ 'ਤੇ ਵੀ ਟਿਕਟਾਂ ਹੈਗੀਆਂ ਨੇ, ਅਤੇ ਤੁਹਾਨੂੰ ਡੋਰ ਤੋਂ ਵੀ ਟਿਕਟਾਂ ਮਿਲ ਜਾਣਗੀਆਂ। 204-218-2222 ਦੇ ਉੱਪਰ ਤੁਸੀਂ ਦਲਵੀਰ ਜੱਲੋਵਾਲੀਆ ਦੇ ਨਾਲ ਕੋਂਟੈਕਟ ਕਰ ਸਕਦੇ ਹੋ। ਅਤੇ ਹੋਰ ਕੀ ਕਹਿਣਾ ਚਾਹੁੰਦੇ ਜੀ? ਹਾਂ, ਬਾਕੀ ਤਾਂ ਬੜਾ ਅੱਛਾ ਲੱਗ ਰਿਹਾ ਜੀ, ਜਦੋਂ ਵੀ ਜਦੋਂ ਦੇ ਕੈਨੇਡਾ ਤੋਂ ਵਿਨੀਪੈਗ। ਰਵਿੰਦਰ ਤੁਸੀਂ ਮੇਰੇ ਖਿਆਲ ਪਹਿਲੀ ਵਿਨੀਪੈਗ ਮੈਂ ਪਹਿਲੀ ਦਫਾ ਆਇਆ ਜੀ, ਮੈਂ ਸੁਣਿਆ ਬਹੁਤ ਆ ਇੱਥੋਂ ਦਾ ਬਾਤ, ਹੁਣ ਤੁਸੀਂ ਵੀ ਦੱਸਤਾ ਕਿ -50 ਤੱਕ ਟੈਂਪਰੇਚਰ ਚਲਾ ਜਾਂਦਾ, ਔਰ ਮੈਂ ਤਾਂ ਇਹੀ ਕਹੂੰਗਾ ਕਿ ਤਾਨਾ ਸਾਡੇ ਪੰਜਾਬੀ ਜਿਹੜੇ ਬੰਦੇ ਇੱਥੇ ਜੰਮੇ ਪਲੇ ਆ, ਹੈ ਨਾ, ਉਹਨਾਂ ਨੂੰ ਤਾਂ ਇਹ ਚਲੋ ਉੱਦਾਂ ਪਤਾ, ਅਸੀਂ ਕਿਸੇ ਹੋਰ ਦੇਸ਼ ਤੋਂ ਆ ਕੇ ਇੱਥੇ ਇੰਨੀਆਂ ਮਿਹਨਤਾਂ ਕਰਦੇ ਹਾਂ ਔਰ ਐਡੇ ਵੱਡੇ ਵੱਡੇ ਮੈਂ ਬਿਜ਼ਨਸ ਦੇਖ ਰਿਹਾ ਇੱਥੇ ਪੰਜਾਬੀਆਂ ਦੇ। ਸੋ ਮੈਨੂੰ ਉਹ ਵਕਤ ਮਤਲਬ ਆਪਣੀ ਸਟਰਗਲ ਦਾ ਯਾਦ ਆਉਂਦਾ, ਤਾਂ ਫਿਰ ਬਾਕੀਆਂ ਦੀ ਵੀ ਮੈਂ ਦੇਖਦਾ ਕਿ ਕਿਵੇਂ ਇੱਥੇ ਸਾਡੇ ਬੰਦੇ ਆਏ ਔਰ ਉਹਨਾਂ ਨੇ ਕਿੰਨੀਆਂ ਮਿਹਨਤਾਂ ਕੀਤੀਆਂ ਹੋਣਗੀਆਂ ਇੱਥੋਂ ਤੱਕ ਪਹੁੰਚਣ ਲਈ। ਸੋ ਬੜੀ ਵੱਡੀ ਗੱਲ ਆ, ਉਸ ਮਾਲਕ ਦੀ ਮਿਹਰ ਆ, ਗੁਰੂ ਕਲਗੀਆਂ ਵਾਲੇ ਦੀ, ਜਿੱਥੇ ਵੀ ਪੰਜਾਬੀ ਬੈਠੇ ਆ, ਚੜ੍ਹਦੀ ਕਲਾ 'ਚ ਬੈਠੇ ਜੀ। ਸਾਡੇ ਨਾਲ ਇੱਕ ਸਰੋਤੇ ਲਾਈਨ ਦੇ ਉੱਪਰ ਨੇ, ਪ੍ਰੀਤ ਜੀ, ਤੁਹਾਨੂੰ ਸਾਰਿਆਂ ਨੂੰ ਫਤਿਹ ਬੁਲਾਉਣੀ ਚਾਹੁੰਦੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਹੋ? ਹਾਂਜੀ ਪ੍ਰੀਤ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰਾ ਜੀ, ਸਤਿ ਸ਼੍ਰੀ ਅਕਾਲ। ਪ੍ਰੀਤ ਜੀ, ਬਲਜੱਟ ਬੋਲ ਰਿਹਾ ਜੀ, ਅੰਮ੍ਰਿਤਸਰ ਵਾਲਾ ਜੀ। ਹਾਂਜੀ ਹਾਂਜੀ, ਬਲਜੱਟ ਜੀ, ਕੀ ਹਾਲ ਨੇ ਜੀ? ਬਸ ਵਧੀਆ, ਚੜ੍ਹਦੀ ਕਲਾ। ਤੁਸੀਂ ਸੁਣਾਓ? ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਆਏ। ਥੈਂਕ ਯੂ ਵੈਰੀ ਮੱਚ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢਿਆ ਸਾਡੇ ਨਾਲ ਗੱਲ ਕਰਨ ਲਈ। ਹਾਂਜੀ, ਕਿਉਂਕਿ ਮੈਂ ਇੱਧਰ ਸ਼ਿਫਟ ਕਰ ਗਿਆ ਸੀ ਨਾ, ਇਸ ਕਰਕੇ ਮੈਂ ਕਿਹਾ ਹੁਣ ਪ੍ਰੀਤ ਜੀ ਨਾਲ ਵੀ ਗੱਲ ਕਰ ਲਈਏ। ਚਲੋ ਜ਼ਿਆਦਾ ਅੱਛਾ ਅੱਛਾ ਚਲੋ ਚਲੋ ਵੈਰੀ ਗੁੱਡ ਵੈਰੀ ਗੁੱਡ। ਆ ਰਹੇ ਹੋ ਨਾ ਕੱਲ੍ਹ ਨੂੰ ਸ਼ੋਅ 'ਤੇ ਫਿਰ? ਹਾਂਜੀ ਹਾਂਜੀ ਹਾਂਜੀ, ਬਹੁਤ ਮਿਹਰਬਾਨੀ ਤੁਹਾਡੀ ਜੀ, ਬਹੁਤ ਜ਼ਿਆਦਾ ਗਰੇਵਾਲ ਸਾਹਿਬ ਦੀ, ਤੁਹਾਡੀ ਵੀ, ਸਾਰਿਆਂ ਦੀ ਜੀ। ਚਲੋ ਥੈਂਕ ਯੂ ਵੈਰੀ ਮੱਚ ਭਾਅ ਜੀ, ਥੈਂਕ ਯੂ ਵੈਰੀ ਮੱਚ। ਉਹ ਸਾਹਿਬ ਦਾ ਬਹੁਤ ਥੈਂਕ ਜੀ, ਥੈਂਕ ਯੂ ਜੀ, ਮਿਹਰਬਾਨੀ, ਥੈਂਕ ਯੂ ਵੀਰ ਜੀ। ਅਤੇ ਬਹੁਤ ਬਹੁਤ ਧੰਨਵਾਦ ਹੈ ਜੀ, ਸ਼ੋਅ 'ਤੇ ਪਹੁੰਚੋ ਅਤੇ ਉੱਥੇ ਗੱਲਾਂ ਵੀ ਕਰਨਗੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ ਬਾਈ ਜੀ। ਹਾਂਜੀ ਬਾਈ ਜੀ, ਤੁਸੀਂ ਆਉਂਦੇ ਰਹੋ। ਬਹੁਤ ਬਹੁਤ ਸ਼ੁਕਰੀਆ ਜੀ। ਮੈਂ ਜਦੋਂ ਵੀ ਬਾਹਰ ਕਿਤੇ ਪੰਜਾਬ ਤੋਂ ਜਾ ਕੇ ਇਹ ਹਰੀਆਂ ਨੀਲੀਆਂ ਪੀਲੀਆਂ ਪੱਗਾਂ, ਹਨਾ, ਜਦੋਂ ਵੀ ਸਟੇਜ ਤੇ ਚੜੀ ਦਾ ਸਾਹਮਣੇ ਨਜ਼ਰੀ ਪੈਂਦੀਆਂ, ਸੋ ਬੜੀ ਮਨ ਨੂੰ ਖੁਸ਼ੀ ਮਿਲਦੀ ਆ। ਔਰ ਟਿੱਡੀ ਪੱਗ ਵਾਲਿਆ ਦੋ ਬੋਲ ਜ਼ਰੂਰ ਸੁਣਾ ਦਿਓ ਜੀ ਬਾਈ ਜੀ। ਜੀ 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 ਜੀ। ਢੋਲ ਦੇ ਡਗੇ ਤੇ ਜਦੋਂ ਪੈਂਦਾ ਭੰਗੜਾ, ਸਾਰਿਆਂ ਨੂੰ ਇਹੋ ਗੱਲ ਕਹਿੰਦਾ ਭੰਗੜਾ, ਓਏ ਇਧਰ ਆ ਦਿਲਦਾਰਾ,
ਇਧਰ ਆ ਦਿਲਦਾਰਾ ਟੇਡੀ ਪੱਗ ਵਾਲਿਆ ਟੇਡੀ ਪੱਗ ਵਾਲਿਆ ਉਹ ਮਾਰ ਮੁੰਡੇ ਆ ਲਲਕਾਰਾ ਟੇਡੀ ਪੱਗ ਵਾਲਿਆ ਟੇਡੀ ਪੱਗ ਵਾਲਿਆ ਬਹੁਤ ਬਹੁਤ ਧੰਨਵਾਦ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਂਦੇ ਰਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਹਾਂਜੀ ਮੇਰਾ ਇੱਕ ਸਵਾਲ ਗਰੇਵਾਲ ਸਾਹਿਬ ਨੂੰ ਇੱਕ ਸਵਾਲ ਪ੍ਰੀਤ ਜੀ ਨੂੰ ਆ ਗਰੇਵਾਲ ਜੀ ਇੱਕ ਤੁਹਾਡੇ ਅਸੀਂ ਜਦੋਂ ਸ਼ੁਰੂ ਤੋਂ ਸੌਂਗ ਸੁਣਦੇ ਆ ਰਹੇ ਹਾਂ ਤੁਹਾਡੇ ਇੱਕੋ ਮਤਲਬ ਟੋਨ ਦੇ ਵਿੱਚ ਸੌਂਗ ਹੁੰਦੇ ਸਾਨੂੰ ਪਹਿਲਾਂ ਪਤਾ ਲੱਗ ਜਾਂਦਾ ਮਿਊਜ਼ਿਕ ਚੱਲੇ ਤੋਂ ਆਹ ਗਰੇਵਾਲ ਸਾਹਿਬ ਦਾ ਸੌਂਗ ਆ ਗਿਆ ਜੀ ਇਹ ਕਿਹੜਾ ਕਾਰਨ ਕੀ ਆ ਦੂਜਾ ਪ੍ਰੀਤ ਜੀ ਨੂੰ ਅਮਰਾ ਹੈਗਾ ਕੁਐਸਚਨ ਵੀ ਇਹਨਾਂ ਦਾ ਜਿਵੇਂ ਪਹਿਲਾਂ ਹੱਕ ਦੀ ਕਮਾਈ ਚ ਪੈਂਦਾ ਨੇ ਸਕੂਟਰ ਚ ਤੇਲ ਸੱਜਣਾ ਤੇ ਹੁਣ ਇਹਨਾਂ ਦਾ ਨਸ਼ੇ ਸੌਂਗ ਆਇਆ ਵੀ ਇਹਨਾਂ ਨੇ ਉਹ ਇੰਨੇ ਮਤਲਬ ਜੇ ਅਸੀਂ ਬੋਲਦੇ ਵੀ ਆ ਸਾਡੇ ਤੋਂ ਬੋਲੇ ਵੀ ਨੀ ਜਾਂਦੇ ਸੌਂਗ ਤੇ ਉਹ ਚੀਜ਼ ਨੂੰ ਇੱਕ ਟਿਊਨ ਦੇ ਵਿੱਚ ਉਹ ਕਿੱਦਾਂ ਵੱਜਦੇ ਨੇ ਜਿਹੜੇ ਮਤਲਬ ਇੰਨੇ ਮਨ ਨੂੰ ਮਤਲਬ ਟੁੰਬਦੇ ਨੇ ਤੇ ਇਹ ਇਹਨਾਂ ਦਾ ਮਤਲਬ ਕਾਰਨ ਕੀ ਆ ਜੀ ਇਹ ਮੈਂ ਪੁੱਛਣਾ ਚਾਹੁੰਦਾ ਧੰਨਵਾਦ ਜੀ ਥੈਂਕ ਯੂ ਜੀ ਜੀ ਮੈਂ ਤਾਂ ਤੂਰ ਸਾਹਿਬ ਇਹੀ ਕਹਿ ਸਕਦਾ ਕਿ ਇੱਕ ਸਟਾਈਲ ਹਰ ਬੰਦੇ ਦਾ ਆਪਣਾ ਹੁੰਦਾ ਹੈ ਨਾ ਔਰ ਤੁਹਾਡੀ ਇੱਕ ਸਟਾਈਲ ਬਣ ਜਾਂਦਾ ਤੁਹਾਡੀ ਇੱਕ ਟੋਨ ਹੁੰਦੀ ਆ ਔਰ ਇਹਨੂੰ ਤੁਸੀਂ ਕੋਈ ਹੁਣ ਇਹਨੂੰ ਨੈਗੇਟਿਵ ਲੈ ਲਵੇ ਕੋਈ ਪੋਜ਼ਿਟਿਵ ਲੈ ਲਵੇ ਕਿ ਟਿਊਨ ਮਿਊਜ਼ਿਕ ਚੱਲਣ ਤੋਂ ਪਤਾ ਚੱਲ ਜਾਂਦਾ ਕਿ ਗਰੇਵਾਲ ਦਾ ਗਾਣਾ ਚੱਲਣ ਲੱਗਿਆ ਇਹਨੂੰ ਅਸੀਂ ਹੁਣ ਇਹ ਸੋਚ ਮਤਲਬ ਹਰ ਬੰਦੇ ਦੀ ਸੋਚ ਆ ਕਿ ਉਹਨੂੰ ਚੰਗੀ ਗੱਲ ਲੱਗਦੀ ਆ ਕਿ ਮਾੜੀ ਲੱਗਦੀ ਆ ਪਤਾ ਚੱਲਣਾ ਚਾਹੀਦਾ ਕਿ ਨਹੀਂ ਚੱਲਣਾ ਚਾਹੀਦਾ ਚੱਲਣਾ ਚਾਹੀਦਾ ਜੀ ਪਤਾ ਚੱਲਣਾ ਚਾਹੀਦਾ ਜੀ ਤੇ ਸਾਡੇ ਆਖਰੀ ਕਾਲਰ ਨੇ ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਂਦੇ ਰਹੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਤੁਸੀਂ ਆਉਂਦੇ ਰਹੋ ਜੀ ਕੀ ਕਹਿਣਾ ਚਾਹੁੰਦੇ ਤੁਰ ਸਾਹਿਬ ਸਤਿ ਸ਼੍ਰੀ ਅਕਾਲ ਸਤਵੀਰ ਬੋਲ ਰਿਹਾ ਜੀ ਸਤਿ ਸ਼੍ਰੀ ਅਕਾਲ ਜੀ ਤੁਰ ਸਾਹਿਬ ਜੀ ਸਭ ਤੋਂ ਜ਼ਿਆਦਾ ਜੀ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਜੋ ਤੁਸੀਂ ਸਾਨੂੰ ਇੱਥੇ ਪੰਜਾਬ ਮਹਿਸੂਸ ਕਰਾ ਦਿੰਦੇ ਹੋ ਥੈਂਕ ਯੂ ਵੀਰੇ ਤੇ ਚੰਗੇ ਚੰਗੇ ਹਸਤੀਆਂ ਨਾਲ ਦਰਸ਼ਨ ਕਰਾ ਦਿੰਦੇ ਹੋ ਤੇ ਬਾਕੀ ਰਵਿੰਦਰ ਗਰੇਵਾਲ ਦਾ ਜੀ ਮੈਂ ਸਭ ਤੋਂ ਦੋ ਬੋਲ ਮੂੰਹ ਸੁਣਨਾ ਚਾਹੁੰਦਾ ਬੜਾ ਫੇਵਰੇਟ ਸੌਂਗ ਹੈ ਜੀ ਮੇਰਾ ਉਹ ਦੇ ਦਿਲਾਸਾ ਮਿੱਠੇ ਦੁੱਧ ਦਾ ਦੇ ਦਿਲਾਸਾ ਮਿੱਠੇ ਦੁੱਧ ਦਾ ਜੀ ਜੀ ਹਾਂਜੀ ਇਹ ਗਾਣਾ ਬੜਾ ਪਿਆਰਾ ਜੀ ਨਾ ਦੋ ਬੋਲ ਜਰਾ ਮੂੰਹ ਚ ਸੁਣਾ ਦੋ ਜੀ ਸੁਣਾ ਦਿਓ ਜੀ ਸਾਡੇ ਕੋਲ ਅੱਧਾ ਕਮੈਂਟ ਰਹਿੰਦਾ ਥੈਂਕ ਯੂ ਜੀ 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 ਸੁਣ ਲਿਓ ਜੀ ਔਨ ਏਅਰ ਜੀ ਦੇ ਦਿਲਾਸਾ ਮਿੱਠੇ ਦੁੱਧ ਦਾ ਕਿਵੇਂ ਵੇ ਜ਼ਹਿਰ ਪਿਆਈਦਾ ਕਿਵੇਂ ਵੇ ਜ਼ਹਿਰ ਪਿਆਈਦਾ ਬੇਦਰਦਾ ਤੂੰ ਸਾਨੂੰ ਵੀ ਦੱਸ ਜਾ ਕਿਵੇਂ ਕਿਸੇ ਨੂੰ ਭੁੱਲ ਜਾਈਦਾ ਕਿਵੇਂ ਕਿਸੇ ਨੂੰ ਭੁੱਲ ਜਾਈਦਾ ਦੇ ਦਿਲਾਸਾ ਮਿੱਠੇ ਦੁੱਧ ਦਾ ਬਹੁਤ ਬਹੁਤ ਧੰਨਵਾਦ ਜੀ ਅਤੇ ਸਾਡੇ ਸਾਰੇ ਹੀ ਕਾਲਰਸ ਦਾ ਵੀ ਬਹੁਤ ਬਹੁਤ ਧੰਨਵਾਦ ਦੋਸਤੋ ਕੱਲ੍ਹ ਨੂੰ ਮਿਲਦੇ ਹਾਂ ਸ਼ਾਮ ਨੂੰ 5:30 ਸ਼ੋਅ ਸ਼ੁਰੂ ਹੋਣਾ ਹੈ ਜੁਬਲੀ ਪਲੇਸ ਕੌਂਸਰਟ ਹਾਲ ਦੇ ਵਿੱਚ ਸਾਡਾ ਅੱਜ ਦਾ ਸਮਾਂ ਇੱਥੇ ਹੀ ਸਮਾਪਤ ਹੈ ਰਵਿੰਦਰ ਜੀ ਅਰਸ਼ਪ੍ਰੀਤ ਜੀ ਅਤੇ ਪ੍ਰੀਤ ਜੀ ਤੁਸੀਂ ਮੈਂ ਬਸ ਕੁਛ ਕਹਿਣਾ ਚਾਹੁੰਦਾ ਬਾਈ ਹੁਣਾਂ ਦਾ ਜਵਾਬ ਉਹਨਾਂ ਨੇ ਪੁੱਛਿਆ ਸੀਗਾ ਅਤੇ ਉਹ ਰਹਿ ਗਿਆ ਵਿੱਚੇ ਹੀ ਜੀ ਉਹਨਾਂ ਨੇ ਕਿਹਾ ਵੀ ਗਾਣੇ ਟੁੰਬਦੇ ਹਾਂ ਟੁੰਬਦੇ ਕਿਉਂ ਗਾਣੇ ਤਾਂ ਟੁੰਬਦੇ ਕਿ ਹੱਕ ਦੀ ਕਮਾਈ ਗਾਣਾ ਹੋਵੇ ਚਾਹੇ ਨਸ਼ਾ ਹੋਵੇ ਕਿਉਂਕਿ ਸਾਡਾ ਸਾਰਿਆਂ ਦਾ ਸਾਂਝਾ ਦਰਦ ਆ ਤੇ ਜਦੋਂ ਦਰਦ ਸਾਂਝਾ ਹੋਵੇ ਤੇ ਉਹ ਫਿਰ ਮਨ ਨੂੰ ਲੱਗਣਾ ਸੁਭਾਵਿਕ ਹੋ ਜਾਂਦਾ ਤੇ ਇਸ ਕਰਕੇ ਮੈਨੂੰ ਲੱਗਦਾ ਬੋਲਾਂ ਦੇ ਵਿੱਚ ਜਾਨ ਹੁੰਦੀ ਹੈ ਸ਼ਾਇਦ ਕੰਪੋਜ਼ਿਸ਼ਨ ਵਿੱਚ ਜਾਨ ਹੋਵੇ ਆਵਾਜ਼ 'ਚ ਨਾ ਜਾਨ ਹੋਵੇ ਪਰ ਜੇ ਦਰਦ ਸਾਂਝਾ ਹੋਵੇ ਤਾਂ ਫਿਰ ਹਮੇਸ਼ਾ ਟੁੰਬਦਾ ਮਨ ਨੂੰ ਬਿਲਕੁਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਕੱਢ ਕੇ ਆਏ ਹੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਔਰ ਸਾਰੇ ਪੰਜਾਬੀਆਂ ਦਾ ਬਹੁਤ ਬਹੁਤ ਸ਼ੁਕਰੀਆ